ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੀਐਮ ਕੈਸਾਨ ਸਨਮਾਨਿਤ ਦੇ ਜੋ ਇਹਨਾਂ ਦੇ 16ਵੇਂ ਕੈਸਤਾ ਅੱਜ ਹੋਵੇਗੀ ਜਾਰੀ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆ ਪੀਐਮ ਕਾਸਾਨ ਸਨਮਾਨਿਤ ਦੀ ਜੋ ਇਹਨਾਂ ਦੀ 16ਵੀਂ ਕਸ਼ਤਾ ਮਹਾਰਾਸ਼ਟਰ ਦੇ ਜਬਤਮਾਲ ਜ਼ਿਲ੍ਹੇ ਤੋਂ ਕਾਨਗੇ ਕਿਸਾਨਾਂ ਨੂੰ ਇਹ ਕਸ਼ਤਾ ਡੀਬੀਟੀ ਮਾਧਿਅਮ ਤੋਂ ਸਿੱਧੇ ਉਹਨਾਂ ਦੇ ਬੈਂਕਾ ਖਾਤੇ ਦੇ ਵਿੱਚ ਪ੍ਰਾਪਤ ਹੋਵੇਗੀ ਉਸ ਤੋਂ ਪਹਿਲਾਂ 15ਵੀਂ ਕਸ਼ਤਾ 15 ਨਵੰਬਰ 2023 ਨੂੰ ਜਾਰੀ ਕੀਤੀ ਗਈ ਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਜਾਰੀ ਕੀਤਾ ਸੀ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਕਿਸਾਨਾਂ ਦੇ ਬੈਂਕਾ ਖਾਤੇ ਦੇ ਵਿੱਚ ਲਗਭਗ 18000 ਕਰੋੜ ਰੁਪਏ ਟਰਾਂਸਫਰ ਕਰਨਗੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਭੇਜੇ ਜਾਂਦੇ ਹਨ ਤੇ ਇਹ ਰਕਮ ਹਰ 4 ਮਹੀਨਿਆਂ ਦੇ ਅੰਤਰਾਲ ਤੇ ਤਿੰਨ ਕਿਸ਼ਤਾਂ ਵਿੱਚ ਇੱਕ ਸੰਨ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਂਦੇ ਆ 2000 ਰੁਪਏ ਹਰ ਕਿਸ਼ਤ ਦੇ ਵਿੱਚ ਦਿੱਤੇ ਜਾਂਦੇ ਹਨ ਈ ਕੇ ਯੂ ਆਈ ਸੀ ਹੁਣ ਲਾਜ਼ਮੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੇ ਲਾਭਾਂ ਦਾ ਲਾਭ ਲੈਣ ਦੇ ਲਈ ਈ ਕੇ ਵਾਈ ਸੀ ਹੁਣ ਆ ਲਾਜ਼ਮੀ ਆ ਤੇ ਜੇਕਰ ਤੁਸੀਂ ਹਜੇ ਤੱਕ ਈ ਕੇ ਵਾਈ ਸੀ ਨਹੀਂ ਕੀਤਾ ਤਾਂ ਤੁਸੀਂ 16ਵੇਂ ਕੈਸਟ ਤੋਂ ਬਾਝੇ ਰਹਿ ਸਕਦੇ ਹੋ ਅਗਲੀ ਖਬਰ ਹੈ ਰੇਲਵੇ ਯਾਤਰੀਆਂ ਦੇ ਲਈ ਖੁਸ਼ ਖਬਰ ਇਹ ਕਿ ਰਾਏ 50 ਫੀਸਦੀ ਘਟਾਏ ਤਾਂ ਦੋਸਤੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਰੇਲ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਰੇਲਵੇ ਦੁਆਰਾ ਯਾਤਰੀ ਰੇਲ ਕਰਾਏ ਨੂੰ ਕੋਵਿਡ ਤੋਂ ਪਹਿਲਾਂ ਦੇ ਪਾਦਰ ਤੱਕ ਘਟਾ ਦਿੱਤਾ ਗਿਆ ਸਰਕਾਰ ਦੇ ਇਸ ਕਦਮ ਦੇ ਨਾਲ ਯਾਤਰੀ ਟ੍ਰੇਨ ਦੇ ਕਿਰਾਏ ਦੇ ਵਿੱਚ 40 ਤੋਂ 50 ਫੀਸਦੀ ਤੱਕ ਦੀ ਕਮੀ ਹੋ ਸਕਦੀ ਹੈ ਇਸ ਫੈਸਲੇ ਨੂੰ ਰੇਲਵੇ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦਲੇ ਵੱਡੀ ਰਾਹਤ ਵੱਜੋਂ ਦੇਖਿਆ ਜਾ ਰਿਹਾ ਹੈ ਅੱਜ ਯਾਤਰੀ ਰੇਲ ਗੱਡੀਆਂ ਨੂੰ ਐਕਸਪ੍ਰੈਸ ਸਪੈਸ਼ਲ ਅਤੇ ਮੇਮੂ ਡੈਮੂ ਐਕਸਪ੍ਰੈਸਾ ਟ੍ਰੇਨਾਂ ਦੇ ਵੱਜੋਂ ਜਾਣਿਆ ਜਾਂਦਾ ਤੇ ਹੁਣ ਇਹਨਾਂ ਟ੍ਰੇਨਾਂ ਦੇ ਦੂਜੇ ਦਰਜੇ ਦੇ ਕਿਰਾਏ ਨੂੰ ਬਹਾਲ ਕਰ ਦਿੱਤਾ ਗਿਆ ਰੇਲਵੇ ਅਥਾਰਟੀ ਜਾਂ ਦੁਆਰਾ ਮੁੱਖ ਬੁਕਿੰਗਾਂ ਰਜ਼ਰਵੇਸ਼ਨਾਂ ਸੁਪਰਵਾਈਜ਼ਰਾਂ ਨੂੰ ਐਸਾ ਬਦਲਾਅ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਮੀਮੋ ਟ੍ਰੇਨਾਂ ਜਿਨ੍ਹਾਂ ਦੀ ਗਿਣਤੀ 0 ਦੇ ਨਾਲ ਸ਼ੁਰੂ ਹੁੰਦੀ ਹੈ ਇਹਨਾਂ ਦੇ ਕਿਰਾਏ ਦੇ ਵਿੱਚ 50% ਦੀ ਤੱਕ ਦੀ ਕਮੀ ਹੋ ਸਕਦੀ ਹੈ ਇਹ ਬਦਲਾਅ 27 ਫਰਵਰੀ ਤੋਂ ਦੇਸਪਾਰ ਦੇ ਵਿੱਚ ਲਾਗੂ ਹੋ ਗਿਆ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਦੇ ਵਿੱਚ ਮਾਰਚ ਮਹੀਨਾ ਚੜ੍ਹਦੇ ਬਦਲੇਗਾ ਮੌਸਮਾਂ ਤਾਂ ਉਸ ਤੋਂ ਪੰਜਾਬ ਦੇ ਵਿੱਚ ਅੱਜ ਅਤੇ ਕੱਲ੍ਹ ਮੌਸਮਾ ਸਾਫ ਰਹਿ ਗਿਆ ਤੇ ਅੱਜ ਦੇ ਨਾਲ 1 ਮਾਰਚ ਤੋਂ ਮੌਸਮ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗਾ ਪੱਛਮੀ ਹਿਮਾਲਿਆ ਖੇਤਰ ਦੇ ਵਿੱਚ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋਣ ਲੱਗਿਆ ਹੈ ਇਸ ਕਾਰਨ ਠੰਡ ਵੀ ਵਧੇਗੀ ਤੇ ਅਜਿਹੇ ਵਿੱਚ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ 1 ਮਾਰਚ ਤੋਂ 3 ਮਾਰਚ ਤੱਕ ਸੂਬੇ ਦੇ ਵਿੱਚ ਕਈ ਥਾਵਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਕੁਝ ਥਾਵਾਂ ਤੇ ਮੀਂਹ ਤੂਫਾਨ ਅਤੇ ਗੜੇ ਪੈਣ ਦੀ ਸੰਭਾਵਨਾ ਹੈ ਜਾਹਰ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਗਲੀ ਖਬਰ ਹੁਣ 3 ਦਿਨਾਂ ਦੇ ਵਿੱਚ ਜਾ ਮਿਲੇਗਾ ਨਵਾਂ ਬਿਜਲੀ ਕਨੈਕਸ਼ਨ ਸਰਕਾਰ ਨੇ ਲਿਆ ਵੱਡਾ ਫੈਸਲਾ ਤਾਂ ਦੋਸਤੋ ਹੁਣ ਦੇ ਦੇ ਵਿੱਚ ਨਵਾਂ ਬਿਜਲੀ ਕਨੈਕਸ਼ਨ ਲੈਣ ਦੇ ਲਈ ਤੁਹਾਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਬਿਜਲੀ ਮੰਤਰਾਲੇ ਨੇ ਕਨੈਕਸ਼ਨ ਦੇਣ ਦੇ ਲਈ ਨਿਰਧਾਰਤ ਦਿਨਾਂ ਦੀ ਗਿਣਤੀ ਘਟਾ ਦਿੱਤੀ ਹੈ ਹੁਣਾਂ ਇਹ ਮੈਟਰੋਪੋਲੀਟਨ ਖੇਤਰਾਂ ਵਿੱਚ 3 ਦਿਨ, ਮਿਊਸਪਲ ਖੇਤਰਾਂ ਵਿੱਚ 7 ਦਿਨ ਅਤੇ ਪਿੰਡੂ ਖੇਤਰਾਂ ਵਿੱਚ 15 ਦਿਨਾਂ ਦੇ ਵਿੱਚ ਉਪਲਬਧ ਹੋਵੇਗਾ। ਸਤਾਂ ਤੇ ਲਗਾਏ ਜਾਣ ਵਾਲੇ ਸੋਲਰ ਜੁਨਟਾਂ ਦੇ ਲਈ ਵੀ ਨਿਯਮਾਂ ਨੂੰ ਆਸਾਨ ਬਣਾ ਦਿੱਤਾ ਗਿਆ ਅਤੇ ਅਜ ਲਈ ਸਰਕਾਰ ਨੇ ਬਿਜਲੀ ਖਾਤਕਾਰ ਅਧਿਕਾਰ ਨਿਯਮਾਂ 2020 ਦੇ ਵਿੱਚ ਸੂਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਹੁਣ ਜਿਨ੍ਹਾਂ ਲੋਕਾਂ ਦੇ ਕੋਲ ਹੈ ਇਲੈਕਟ੍ਰਿਕ ਦਾ ਵਿਕਲ EV ਅਤੇ ਓਸ ਨੂੰ ਚਾਰਜ ਕਰਨ ਦੇ ਲਈ ਬੱਕਰਾ ਬਿਜਲੀ ਕਨੈਕਸ਼ਨ ਲੈ ਸਕਣਗੇ ਹੁਲੇ ਤੋਂ ਪਹਿਲਾਂ ਲੱਖਾਂ ਸਰਕਾਰੀ ਮੁਲਾਇਮਾਂ ਨੂੰ ਮਿਲੇਗਾ ਇਹ ਤੋਹਫਾ ਜਾਣੋ ਪੂਰੀ ਖਬਰ ਤਾਂ ਦੋਸਤੋ ਕੇਂਦਰ ਸਰਕਾਰ ਹੁਲੇ ਤੋਂ ਪਹਿਲਾਂ ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਰਾਹਤ ਦੇ ਸਕਦੇ ਆ ਵੱਡਾ ਤੋਹਫਾ ਦਰਅਸਲ ਕੇਂਦਰ ਸਰਕਾਰ ਹੁਲੇ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨੂੰ ਵਧਾਉਂਦੀ ਯੋਜਨਾ ਬਣਾ ਰਹੀ ਹੈ ਇਹ ਵਾਅਦਾ 4 ਫੀਸਦੀ ਦੇ ਵਾਅਦੇ ਤੋਂ ਬਾਅਦ ਹੋ ਸਕਦਾ ਹੈ ਮਹਿੰਗਾਈ ਪੱਤਾ ਤੇ ਮਹਿੰਗਾਈ ਰਾਹਤਾ 50 ਫੀਸਦੀ ਤੋਂ ਜ਼ਿਆਦਾ ਹੋ ਗਏ ਕੇਂਦਰ ਸਰਕਾਰ ਦੇ ਅਧਿਉਗਿਕ ਕਾਮਿਆਂ ਦੇ ਲਈ ਮਹਿੰਗਾਈ ਪੱਤੇ ਦਾ ਫੈਸਲਾ CPI ਡੇਟਾ ਦੇ ਆਧਾਰ ਤੇ ਕੀਤਾ ਜਾਂਦਾ ਹੈ। ਮੌਜੂਦਾ ਸਮੇਂ CPI ਡੇਟਾ ਦੀ 12 ਮਹੀਨਿਆਂ ਦੀ ਔਸਤ 392.83 ਤੇ ਅਧਾਰ ਤੇ DA 50.26% ਹੋਵੇਗਾ। ਮੂਲ ਤਨਖਾਹ ਦਾ ਕਰਤਾ ਮੰਤਰਾਲੇ ਦਾ ਲੇਬਰ ਅਫੀਸਰ ਵਿਭਾਗ ਹਰ ਮਹੀਨੇ ਡੇਟਾ ਪ੍ਰਕਾਸ਼ਿਤ ਕਰਦਾ ਹੈ ਤੁਹਾਨੂੰ ਦੱਸ ਦਿਆ ਕਿ ਡੀਏ ਕਰਮਚਾਰੀਆਂ ਦੇ ਲਈ ਅਤੇ ਡੀਆਰ ਪੈਨਸ਼ਨਰਾਂ ਦੇ ਲਈ ਤੇ ਹਰ ਸਾਲ ਡੀਏ ਅਤੇ ਡੀਆਰ ਆਮ ਤੌਰ ਤੇ ਜਨਵਰੀ ਅਤੇ ਜੁਲਾਈ ਦੇ ਵਿੱਚ ਦੋ ਗੁਣਾ ਵਧਾਇਆ ਜਾਂਦਾ ਤੇ ਆਖਰੀ ਵਾਰ ਅਕਤੂਬਰ 2023 ਦੇ ਵਿੱਚ ਵਾਧਾ ਹੋਇਆ ਸੀ ਅਗਲੀ ਖਬਰ ਹੈ ਸੀਮਾ ਭਗਵੰਤ ਮਾਨ ਦੇ ਵੱਲੋਂ ਜਲੰਧਰ ਨੂੰ 283 ਕਰੋੜ ਰੁਪਏ ਦਾ ਤੋਹਫਾ 410 ਪਲੱਸ ਬਹਾਨਾ ਨੂੰ ਦੇਣਗੇ ਹਰੀ ਚੰਡੀ ਤਾ ਦੋਸਤੋ ਅੱਜ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਲ੍ਹੇ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਅੱਜ ਸੀਐਮ ਮਾਨ ਸਵੇਰੇ 11 ਵਜੇ ਫਲੋਰਾਸ ਤਹਿਤ ਪੰਜਾਬ ਪੁਲਿਸ ਅਕੈਡਮੀ ਵਿਖੇ ਪਹੁੰਚਣਗੇ ਤੇ ਉੱਤੇ ਸੀਐਮ ਮਾਨ 410 ਪੁਲਿਸ ਬਹਾਨਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਫਿਰ ਅਨਕੋਦਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕਰਨਗੇ ਪੰਜਾਬ ਦੀਆਂ ਦੋ ਸਭ ਤੋਂ ਵੱਡੀਆਂ ਕਿਸਾਨ ਜਥੇਬੰਦੀਆਂ ਆਮਨੋ ਸਾਹਮਣੇ ਉਗਰਾਹਨ ਚੁੱਕੇ ਸਵਾਲ ਪੰਦੇਰ ਨੇ ਦਿੱਤੇ ਜਵਾਬ ਕਿਸਾਨ ਅੰਦੋਲਨ ਵਿਚਾਰੇ ਪੰਜਾਬ ਦੀਆਂ ਦੋ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਆਮਨੋ ਸਾਹਮਣੇ ਹੋ ਗਏ ਹਨ ਤੇ ਇੱਕ ਦੂਜੇ ਤੇ ਬਾਰ ਪਲਟ ਬਾਰ ਕਰ ਰਹੇ ਹਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਸੁਭਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਤੇ ਕਿਸਾਨ ਮਜ਼ਦੂਰਾ ਸੰਘਰਸ਼ ਕਮੇਟੀ ਦੇ ਸੁਭਾ ਜਨਰਲ ਸਕੱਤਰ ਸਰਬਾਣ ਸੰਘਾ ਪੰਦੇਰ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ ਹਨ ਭਾਰਤੀ ਕਿਸਾਨ ਜੁਨਨ ਏਕਤਾ ਉਗਰਾਹ ਦੇ ਸੁਪਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੇ ਕਹਿ ਕੇ ਦਿੱਲੀ ਮਾਰਚ ਦਾ ਸਦਾ ਸੰਯੁਕਤ ਕਿਸਾਨ ਮੋਰਚਾ ਦਾ ਨਹੀਂ ਸਗੋ ਕੋਜਾ ਕਿਸਾਨ ਜੱਥੇਬੰਦੀਆਂ ਦਾ ਸੀ ਅੰਦੋਲਨ ਨੂੰ ਲੈ ਕੇ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਇਨ੍ਹਾਂ ਜੱਥੇਬੰਦੀਆਂ ਦੇ ਨਾਲ ਉਹਨਾਂ ਦੇ ਵਿਚਾਰ ਧਾਰਕਾ મત ਭੇਦਾਂ ਤੇ ਮੀਟਿੰਗਾਂ ਦੇ ਵਿਰਵੇ ਜਨਤਕ ਕਰਦਿਆ ਉਹਨਾਂ ਨੇ ਕਹਿ ਕੇ ਜਿਹੜੇ ਲੋਕ ਕਹਿੰਦੇ ਹਨ ਕਿ ਮੈਂ ਇਨ੍ਹਾਂ ਕਿ ਸਣ ਆਗੂ ਨੂੰ ਸਦਾ ਪੱਤਰ ਨਹੀਂ ਭੇਜਿਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇੱਕ ਵਾਰ ਨਹੀਂ ਸਗੋਂ 13 ਵਾਰ ਸਦਾ ਭੇਜਿਆ ਪਰ ਉਹਨਾਂ ਕਿਸਾਨ ਆਗੂ ਨੇ ਕਦੇ ਦਿਲਚਸਪੀ ਨਹੀਂ ਦਿਖਾਈ ਐਸ ਲਈ ਮੇਰੇ ਵਿਰੋਧ ਦਾ ਇਹ ਦੋਸ਼ ਲਗਾਉਣਾ ਬੇਬੁਨਿਆਦ ਹੈ ਤੇ ਉਹਨਾਂ ਨੇ ਕਹਿ ਕੇ ਮੈਂ ਕਿਸੇ ਦੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਐਸਾ ਅੰਦੋਲਨ ਦੇ ਵਿੱਚ ਆਇ ਸ਼ਾਮਲ ਹੁੰਦਾ ਸੱਦਾ ਦਿੱਤਾ ਹੈ ਪੰਦੇਰ ਨੇ ਇਹਨਾਂ 13 ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਆਗੂਆਂ ਦੇ ਨਾਂ ਵੀ ਜਨਤਕ ਕੀਤੇ ਪਲਕੇ ਬੰਦ ਰਹਿਣਗੇ ਪੰਜਾਬ ਦੇ ਪੈਟਰੋਲ ਪੰਪਸ ਇਸ ਖਬਰ ਦੇ ਵਿੱਚ ਆਈ ਵੱਡੀ ਅਪਡੇਟ ਆ ਤਾਂ ਦੋਸਤੋ ਪੈਟਰੋਲੀਅਮ ਐਸੋਸੀਏਸ਼ਨ ਨੇ ਭਲਕੇ ਜਾਨੀ ਕਿ 29 ਫਰਵਰੀ ਨੂੰ ਪੰਜਾਬ ਦੇ ਪੈਟਰੋਲ ਪੰਪ ਬੰਦ ਕਰਨ ਦਾ ਐਲਾਨ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ 29 ਫਰਵਰੀ ਨੂੰ ਪੰਜਾਬ ਦੇ ਪੈਟਰੋਲ ਪੰਪ ਆ ਖੁੱਲੇ ਰਹਿਣਗੇ ਤੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਇਹ ਜਾਣਕਾਰੀ ਲੁਧਿਆਣਾ ਪੈਟਰੋਲੀਅਮ ਐਸੋਸੀਏਸ਼ਨ ਦੇ ਚੇਅਰਮੈਨ ਨੇ ਦਿੱਤੀਆ ਉਹਨਾਂ ਦਾ ਕਹਿਣਾ ਹੈ ਕਿ ਡੀਜ਼ਲ ਆ ਪੈਟਰੋਲ ਦੀ ਵਿਕਰੀ ਦੀ ਮਾਰਜਿਨ ਮਣੀ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਪੈਟਰੋਲ ਪੰਪ ਡੀਲਰਜ਼ ਵੱਲੋਂ 29 ਫਰਵਰੀ ਨੂੰ ਬੰਦ ਰੱਖੀ ਜਾਣ ਵਾਲੇ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਦੇ ਸੱਦੇ ਨੂੰ ਰੱਦ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਬੀਤੇ ਦਿਨੀ ਮੁੰਬਈ ਵਿਖੇ ਸਾਰੀਆਂ ਪੈਟਰੋਲੀਅਮ ਕੰਪਨੀਆਂ ਦੇ ਐਗਜ਼ੀਕਿਊਟਿਵ ਡਾਇਰੈਕਟਰਾਂ ਦੇ ਨਾਲ ਦੇਸ਼ ਭਰ ਦੇ ਪੈਟਰੋਲ ਪੰਪਾਂ ਡੀਲਰਾਂ ਦੀ ਮੀਟਿੰਗ ਹੋਈ ਅਤੇ ਮੀਟਿੰਗ ਦੇ ਵਿੱਚ ਪੈਟਰੋਲ ਪੰਪਾਂ ਡੀਲਰਾਂ ਨੇ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਕਿਸਾਨ ਅੰਦੋਲਨ ਦੇ ਚੱਲਦੇ ਪੀਆਰਟੀ ਸੀ ਤੇ ਪੰਨ ਵਾਸਤੇ ਨਾਲ ਜੁੜੀ ਵੱਡੀ ਅਪਡੇਟ ਤਾਂ ਦੋਸਤੋ ਸ਼ੁੱਕਰਵਾਰ ਨੂੰ ਪੰਜਾਬ ਦੇ ਅੰਦਰ ਕਿਧਰੇ ਵੀ ਸੜਕਾਂ ਤੇ ਸਰਕਾਰੀ ਲਾਰੀਆਂ ਨਜ਼ਰ ਨਹੀਂ ਆਉਣੀਆਂ ਕਿਉਂਕਿ ਵੱਖ-ਵੱਖ ਜੱਥੇਬੰਦੀਆਂ ਦੇ ਵੱਲੋਂ ਦੇਤੇ ਗਏ ਬੰਦ ਦੇ ਕੋਲ ਨੂੰ ਪੰਜਾਬ ਰੋਡ 'ਤੇ ਜਾ ਪੰਨਵਾਸਾ ਪੀਆਰਟੀ ਦੇ ਕੰਟਰੈਕਟਰ ਵਰਕਰਾਂ ਜਿਨ੍ਹਾਂ ਨੇ ਪੰਜਾਬ ਦੇ ਵੱਲੋਂ ਸਮਰਥਨ ਦਿੰਦਿਆਂ ਬੱਸਾਂ ਚਲਾਉਣ ਦੇ ਬਜਾਏ ਧਰਨੇ ਦੇਣ ਅਤੇ ਰੋਸ਼ਾ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਸੀ ਸੰਜਕਤ ਕਿਸਾਨ ਮੋਰਚਾ ਤੇ ਕੇਂਦਰੀ ਟ੍ਰੇਡ ਯੂਨੀਅਨ ਸੈਕਟਰੋਲਾ ਫੈਡਰੇਸ਼ਨਾਂ ਐਸੋਸੀਏਸ਼ਨਾਂ ਦੇ ਬੈਨਰ ਹੇਠ 16 ਫਰਵਰੀ ਨੂੰ ਭਾਰਤ ਬੰਦ ਕੀਤਾ ਗਿਆ ਸੀ ਜਾਸਨੂ ਉਸ ਸਮੇਂ ਮਜਬੂਤੀ ਮਿਲੀ ਜਦੋਂ ਪੰਜਾਬ ਰੋਡਵੇਜ ਆ ਪਨਬੱਸ ਪੀਆਰਟੀ ਸੇ ਕੰਟਰੈਕਟ ਬਰਕਰਾਰ ਜੂਨੀਅਨ ਦੇ ਆਗੂਆਂ ਦੇ ਵੱਲੋਂ ਸਦੇ ਦੇ ਤਹਿਤ ਹੀ ਹੈਟੈਂਡ ਰਾਨਾ ਕਾਨੂੰਨ ਦੇ ਵਿਰੁੱਧ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਣ ਦਾ ਫੈਸਲਾ ਕਰ ਦਿੱਤਾ ਸੀ ਜਾਣਕਾਰ ਦੇ ਮੁਤਾਬਕ ਸਰਕਾਰੀ ਬੱਸਾਂ ਦੇ ਡਰਾਈਵਰਾਂ ਕੰਡੈਕਟਰਾਂ ਤੇ ਹੋਰ ਕਾਮਿਆਂ ਦੇ ਵੱਲੋਂ ਜਥੇ ਬੱਸ ਸਟੈਂਡਰਡ ਵਿੱਚ ਧਰਨੇ ਦੇ ਕੇ ਰੋਸ਼ਮਾਰਚ ਆ ਕਿਤੇ ਗਏ ਤੇ ਉੱਤੇ ਵਕ-ਵਕ ਟ੍ਰੇਡ ਇੱਕ ਸਾਂਝ ਜੱਟ ਬਣ ਗਾਂ ਦੇ ਵੱਲ ਟੋਲ ਪਲਾਜ਼ਾਂ ਮੁੱਖ ਮਾਰਗਾਂ ਆ ਤੇ ਧੰਨੇ ਦੇ ਕੇ ਭਾਰਤ ਬੰਦ ਦੇ ਸੱਦੇ ਨੂੰ ਸਫਲਾ ਬਣਾਉਣ ਦਾ ਪ੍ਰੋਗਰਾਮ ਮਣਾਇਆ ਗਿਆ ਸੀ ਕਿਸਾਨਾਂ ਦੇ ਅੰਦੋਲਨ ਦੇ ਕਾਰਨ ਪੰਜਾਬ ਦੇ ਵਿੱਚ ਆ ਕਾਟੇ ਢਿਲਾ ਤੇ ਰਸੋਈ ਗੈਸ ਦੇ ਸਪਲਾਈ ਆਉਣ ਵਾਲੇ ਦਿਨ ਪੈ ਸਕਦੇ ਨੇ ਭਾਰੀ ਤਨ ਉਸ ਤੋਂ ਕਿਸਾਨ ਅੰਦੋਲਨ ਦੇ ਕਾਰਨ ਦਿੱਲੀ ਜਾਣ ਦੇ ਲਈ ਹਰਿਆਣਾ ਤੰਗਾ ਸਰਹੱਦਾਂ ਤਿੰਨ ਥਾਵਾਂ ਤੋਂ ਪਿਛਲੇ 16 ਦਿਨਾਂ ਤੋਂ ਬੰਦ ਹਨ ਹਰਿਆਣਾ ਪੁਲਿਸ ਨੇ ਵੱਡੀ ਤਦਦ ਦੇ ਵਿੱਚ ਰੋਕਾਂ ਲਾਈਆਂ ਹੋਈਆਂ ਹਨ ਇਨਾ ਲੋਕਾਂ ਦਾ ਅਸਰ ਹੈ ਜਿੱਥੇ ਕਿਸਾਨਾਂ ਤੇ ਪੈਰਿਆ ਤੇ ਉੱਤੇ ਇਹਨਾਂ ਕਰਕੇ ਆਮ ਲੋਕਾਂ ਦੇ ਨਾਲ-ਨਾਲ ਜ਼ਰੂਰੀ ਵਸਤੂਆਂ ਦੇ ਸਪਲਾਈ ਤੇ ਵੀ ਅਸਰ ਪੈ ਰਿਹਾ ਹੈ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਐਮਐਸਪੀ ਖਰੀਦ ਦਾ ਗਰੰਟੀ ਕਾਨੂੰਨਾ ਬਣਾਉਣ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਧਰਨਾ ਦੇ ਰਿਆਂ ਨੂੰ ਪੰਜਾਬ ਦੇ ਕਿਸਾਨ ਨੇ ਦਿੱਲੀ ਜਾਣਾ ਸੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਸਰਹੱਦਾਂ ਤੇ ਰੋਕ ਲਗਾ ਦਿੱਤੀ ਗਈ ਸਰਹੱਦਾਂ ਬੰਦ ਹੋਣ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਜੀ ਡੀਜ਼ਲ ਅਤੇ ਸਿਲੰਡਰਾਂ ਦੀ ਕਮੀ ਵੱਧ ਗਈ ਹੈ ਨਿਊਜ਼ ਐ ਏਜੰਸੀ ਏ ਐਨ ਆਈ ਨੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰ ਦਿੱਤੇ ਆ ਸੂਤਰਾਂ ਦੇ ਅਨੁਸਾਰ ਸੜਕਾਂ ਜਮਤ ਤੇ ਸੁਰੱਖਿਆ ਕਾਰਨ ਕਰਕੇ ਪੰਜਾਬ ਦੇ ਵਿੱਚ ਜੀ ਡੀਜ਼ਲ ਅਤੇ ਐਲ ਪੀ ਜੀ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ ਜੇਕਰ ਅਜਿਹਾ ਲੰਬੇ ਸਮੇਂ ਤੱਕ ਰਿਹਾ ਤਾਂ ਪੰਜਾਬ ਦੇ ਵਿੱਚ ਪੈਟਰੋਲਾ ਡੀਜ਼ਲ ਅਤੇ ਰਸੋਈ ਗੈਸ ਦੀ ਥੋੜਾ ਪੈ ਸਕਦੀ ਹੈ